Attention passengers, we've now reached our destination. We hope you enjoyed the flight and have a nice day. दोस्तों स्टूडेंट्स ਤੁਹਾਡਾ ਸਾਰਿਆਂ ਦਾ ਨਿੱਘਾ ਜਿਹਾ ਸਵਾਗਤ ਮੈਂ ਤੁਹਾਡਾ ਵਰਨ ਤਿਵਾਰੀ ਤੇ ਮੇਰੇ ਨਾਲ ਨੇ ਸਾਡੇ ਸਪੈਸ਼ਲਿਸਟ ਰਜਿੰਦਰ ਚੌਹਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਐਂਡ ਹੈਲੋ ਟੂ एवरीवन दोस्तों आज ਆਪਾਂ ਗੱਲ ਕਰਾਂਗੇ ਵਿਜ਼ਟਰ ਵੀਜ਼ਾ ਦੀ ਜੀ ਹਾਂ ਵਿਜ਼ਟਰ ਵੀਜ਼ਾ ਦੀ ਗੱਲ ਕਰਾਂਗੇ ਲੇਕਿਨ ਉਹ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਆ ਕਿ ਵਿਜ਼ਟਰ ਵੀਜ਼ਾ ਰਿਫਿਊਜ਼ ਕਿਉਂ ਹੁੰਦਾ ਹੈ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਸਾਰਿਆਂ ਦਾ ਮੈਨੂੰ ਲੱਗਦਾ ਕਿ ਸਾਰਿਆਂ ਦਾ ਪਸੰਦ ਵਾਲਾ ਟੌਪਿਕ ਹੈਗਾ ਆ ਕਿਉਂਕਿ ਵਿਜ਼ਟਰ ਵੀਜ਼ਾ ਤਾਂ ਸਾਰਿਆਂ ਦੇ ਨਾਲ ਜੁੜਿਆ ਰਹਿੰਦਾ ਕਿਉਂਕਿ ਗੈਸਟ ਆਣੇ ਫੈਮਿਲੀ ਮੈਂਬਰਸ ਆਣੇ ਯਾਰਾਂ ਦੋਸਤਾਂ ਨੂੰ ਇਨਵਾਈਟ ਕਰਨਾ ਤੇ ਫੈਮਿਲੀ ਮੈਂਬਰਸ ਨੂੰ ਇਨਵਾਈਟ ਕਰਨਾ ਬਹੁਤ ਹੀ ਜ਼ਰੂਰੀ ਟੌਪਿਕ ਹੈਗਾ ਤੇ ਅੱਜ ਆਪਾਂ ਉਹਦੇ ਤੇ ਗੱਲ ਕਰਾਂਗੇ ਚਾਨਣਾ ਪਾਵਾਂਗੇ ਕਿ ਵਿਜ਼ਟਰ ਵੀਜ਼ਾ ਰਿਫਿਊਜ਼ ਕਿਉਂ ਹੁੰਦਾ ਆ ਤੇ ਜਿੰਦਰ ਜੀ ਇਹ ਟੌਪਿਕ ਤੁਹਾਡਾ ਲੈ ਕੇ ਆਉਣ ਵਾਸਤੇ ਸਾਰਿਆਂ ਵਾਸਤੇ ਬਹੁਤ ਬਹੁਤ ਥੈਂਕ ਯੂ ਤੇ ਵਿਜ਼ਟਰ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ ਇਹਨੂੰ ਥੋੜਾ ਚਾਨਣਾ ਪਾਓ ਕਿ ਰਿਫਿਊਜ਼ ਕਿਉਂ ਹੁੰਦਾ ਆ हाँ जी मैडम जी विजिटर वीजा अजकल बहुत रिफ्यूजल चल रही ने विजिटर वीजा जो केस अफसर सैटिस्फाइड नहीं हों भी जो विजिट है जी आस्ट्रेलिया की जेनुअन टैंपरेरी शोर्ट स्टे आ जो सैटिस्फाइड नहीं हों चीज़ा मेन बेस उ बना भी जेनुअन विजिटर नहीं गया वो बेस से तुम रिफ्यूजल दे देता वा और कई चीज़ा मैटर कर दियाँ परसनल टाई ढाई इकनोमिक टाई ढाई इंपलायमेंट टाई जी मेन थिंग्स यही होंगे वी हैव टू सैटिस्फाइड केस अफसर भी आ जो बंद आ रहा वा विजिटर वीजे से यदि विजिट जेनुअन आ टैंपरेरी आ यदि मगर फैमिली आ ये मगर जॉब आ जा मगर एसेट्स आ फिर इंसेंटिव की आ भी वापस जाएगा जी जो तुम कोई अपनी इनकम नहीं दिखाई कोई अपनी जॉब नहीं दिखाई कोई ढेर फैमिली है नहीं सिंगल दे फिर काफ़ी चांसिस घट जाते हैं हाँ बेसिक रिक्वायरमेंट की है बेसिक रिक्वायरमेंट से वर्ण की यही है भी तुम किस परपज वास्ते आ गए जी इतने ਤੁਸੀਂ ਘੁੰਮਣ ਫਿਰਨ ਵਾਸਤੇ ਆ ਰਹੇ ਜੇ ਤੁਸੀਂ ਬਿਜ਼ਨਸ ਟ੍ਰਿਪ ਵਾਸਤੇ ਆ ਰਹੇ ਸ਼ੋਰਟ ਸਟੇ ਬਿਜ਼ਨਸ ਟ੍ਰਿਪ ਵਾਸਤੇ ਆ ਰਹੇ ਜੇ ਜਾਂ ਤੁਸੀਂ ਆਪਣੀ ਫੈਮਿਲੀ ਮੈਂਬਰ ਨੂੰ ਮਿਲਣ ਆ ਰਹੇ ਜੇ ਹਾਂਜੀ ਬੇਸਿਕ ਰਿਕੁਆਇਰਮੈਂਟ ਇਹੀ ਆ ਵੀ ਤੁਹਾਡੇ ਕੋਲ ਜਾਂ ਤੁਹਾਡਾ ਬੁਕਿੰਗ ਹੋਣੀ ਚਾਹੀਦੀ ਆ ਹੋਟਲ ਵਗੈਰਾ ਦੀ ਜਿਹੜਾ ਜੇ ਤੁਸੀਂ ਟੂਰਿਜ਼ਮ ਪਰਪਸ ਵਾਸਤੇ ਆ ਰਹੇ ਜੇ ਤੁਸੀਂ ਫੈਮਿਲੀ ਪਰਪਸ ਵਾਸਤੇ ਆ ਰਹੇ ਜੇ ਤੁਹਾਡਾ ਜਿਹੜਾ ਫੈਮਿਲੀ ਮੈਂਬਰ ਆ ਤੁਹਾਨੂੰ ਉਹ ਇਨਵੀਟੇਸ਼ਨ ਲੈਟਰ ਭੇਜੇਗਾ ਰੀਜ਼ਨ ਲਿਖੇਗਾ ਵੀ ਮੈਂ ਕਿਉਂ ਇਹ ਬੰਦੇ ਨੂੰ ਇਨਵਾਈਟ ਕਰਨਾ ਚਾਹੁੰਦਾ ਤੇ ਉਹ ਕਿਹੜੇ ਰੀਜ਼ਨਸ ਹੈਗੇ ਕਾਫੀ ਵੈਲਿਡ ਐਂਡ ਸੋਲਿਡ ਹੋਣੇ ਚਾਹੀਦੇ ਹਾਂ ਜੀ ਬਿਲਕੁਲ ਜੈਨੂਅਨ ਵਿਜ਼ਿਟ ਹੋਣੇ ਚਾਹੀਦੇ ਜੀ ਅਸੀਂ ਇਹ ਕਹਿੰਦੇ ਵੀ ਤੁਸੀਂ ਆਪਣੀ ਪ੍ਰੋਪਰਟੀ ਜੇ ਤੁਹਾਡੇ ਕੋਲ ਇੰਡੀਆ ਵਿੱਚ ਜਾਂ ਓਵਰਸੀਜ਼ 'ਚ ਹੈਗੀ ਆ ਉਹਦੀ ਵੈਲਿਊਏਸ਼ਨ ਕਰਾਓ ਵੀ ਉਹ ਵੈਲਿਊਏਸ਼ਨ ਵੀ ਤੁਹਾਡਾ ਇੱਕ ਬਿਗ ਫੈਕਟਰ ਹੋ ਜਾਂਦਾ ਵਾ ਵੀ ਬੰਦੇ ਨੇ ਇੱਥੇ ਸਟੇਅ ਨਹੀਂ ਕਰਨਾ ਇੰਨੀ ਪ੍ਰੋਪਰਟੀ ਆ ਜੇ ਬੰਦੇ ਕੋਲ 4-5 ਕਰੋੜ ਦੀ ਪ੍ਰੋਪਰਟੀ ਇੱਥੇ ਕਿਉਂ ਸਟੇਅ ਕਰੇਗਾ ਜੀ ਇਸ ਕਰਕੇ ਤੁਹਾਨੂੰ ਚਾਹੀਦਾ ਵਾ ਵੀ ਵੱਧ ਤੋਂ ਵੱਧ ਡਾਕੂਮੈਂਟੇਸ਼ਨ ਲਗਾਓ ਅਤੇ ਜੇ ਤੁਹਾਨੂੰ ਨਹੀਂ ਕੁਛ ਚੀਜ਼ ਦੀ ਸਮਝ ਆਉਂਦੀ ਤੁਸੀਂ ਆਪ ਸਾਨੂੰ ਕੰਟੈਕਟ ਕਰ ਸਕਦੇ ਜਾਂ ਤੁਸੀਂ ਆਪਣੇ ਮਾਈਗ੍ਰੇਸ਼ਨ ਏਜੰਟ ਨੂੰ ਕੰਟੈਕਟ ਕਰ ਸਕਦੇ ਜੀ ਉਹ ਤੁਹਾਡੀ ਹੈਲਪ ਕਰ ਸਕਦਾ ਤੁਹਾਡੀ ਫਾਈਲ ਨੂੰ ਸਟਰੋਂਗ ਬਣਾ ਸਕਦਾ 100% ਗਰੰਟੀ ਤਾਂ ਕੋਈ ਨਹੀਂ ਦੇ ਸਕਦਾ ਜੀ ਪਰ ਤੁਹਾਡੀ ਫਾਈਲ ਵਿੱਚ ਤੋਂ ਵੀਜ਼ਾ ਫਿਊਚਰ ਦੇ ਚਾਂਸਸ ਘੱਟ ਜਾਣਗੇ ਕਿੱਦਾਂ ਕਿ ਕੀ ਕਿਹੜਾ ਅਮੀਰ ਬੰਦਾ ਹੈ ਕਿਹਦੇ ਕੋਲ 4-5 ਕਰੋੜ ਦੀ ਪ੍ਰਾਪਰਟੀ ਉੱਥੇ ਹੈਗੀ ਆ ਇਕੱਲਾ ਉਹ ਹੀ ਆ ਸਕਦਾ ਹੈ ਕਿਹਦੇ ਕੋਲ ਨਹੀਂ ਹੈਗੀ ਆ ਉਹ ਵੀ ਨਹੀਂ ਆ ਉਹ ਨਹੀਂ ਆ ਸਕਦਾ ਨਹੀਂ ਐਸੀ ਕੋਈ ਗੱਲ ਨਹੀਂ ਜੀ ਐਸੀ ਕੋਈ ਗੱਲ ਨਹੀਂ ਵੀ ਜਿਹ ਕੋ ਬਹੁਤ ਜ਼ਿਆਦਾ ਪੈਸੇ ਆ ਉਹ ਆ ਸਕਦਾ ਬਸ ਆਪਾਂ ਟਾਈ ਸ਼ੋ ਕਰਨੀ ਆ ਵੀ ਤੁਹਾਡੀਆਂ ਟਾਈਸ ਤੁਹਾਡੇ ਕੰਟਰੀ ਦਾ ਕੀ ਆ ਓਕੇ ਹਾਂਜੀ ਤੁਹਾਡਾ ਰਿਲੇਸ਼ਨ ਉੱਥੇ ਕਿੰਨਾ ਬੌਂਡ ਹੈ ਕਿ ਤੁਸੀਂ ਇੱਥੇ ਨਹੀਂ ਛੱਡ ਕੇ ਆ ਜਾਓ ਦੈਟਸ ਰਾਈਟ ਕਿ ਕੋਈ ਵੀ ਕੇਸ ਅਫਸਰ ਇਹ ਨਹੀਂ ਚਾਹੁੰਦਾ ਵੀ ਤੁਸੀਂ ਵਿਜ਼ਟਰ ਵੀਜ਼ੇ ਤੇ ਆਓ ਤੇ ਇੱਥੇ ਓਵਰਸਟੇ ਕਰੋ ਜਾਂ ਇੱਥੇ ਆ ਕੇ ਹੋਰ ਵੀਜ਼ੇ ਪਾਓ ਜਾਂ ਕੋਈ ਰਿਫਿਊਜ਼ੀ ਵੀਜ਼ਾ ਪਾਓ ਹਨਾ ਉਹ ਕੇਸ ਅਫਸਰ ਇਹ ਚਾਹੁੰਦਾ ਵਾ ਵੀ ਤੁਸੀਂ ਇੱਥੇ ਆ ਕੇ ਜੋ ਕੁਝ ਵੀ ਜਿਹੜਾ ਪਰਪਸ ਤੁਸੀਂ ਲਿਖਿਆ ਵਾ ਉਹ ਆਪਣਾ ਪਰਪਸ ਕੰਪਲੀਟ ਕਰਕੇ ਤੁਸੀਂ ਆਪਣਾ ਵਾਪਸ ਆਓ ਤੇ ਕਿਹੜੀ ਉਮਰ ਆ ਏਜ ਹੈ ਉਹਦੀ ਕੀ ਰਿਕੁਆਇਰਮੈਂਟ ਹੈ ਨਹੀਂ ਜੀ ਵਿਜ਼ਟਰ ਵੀਜ਼ੇ ਦੀ ਕੋਈ ਏਜ ਨਹੀਂ ਹੈ ਅਮੀ ਕੋਈ ਵੀ 2 ਸਾਲ ਦਾ ਬੱਚਾ ਵੀ ਲਾਸਟ ਦਾ 2 ਮਹੀਨੇ ਦਾ ਬੱਚਾ ਵੀ 90 ਇਅਰ ਦਾ 100 ਇਅਰ ਦਾ ਵੀ ਬਜ਼ੁਰਗ ਲਾ ਸਕਦਾ ਕੋਈ ਏਜ ਲਿਮਿਟ ਨਹੀਂ ਓਕੇ ਤਾਂ ਇਹ ਬਹੁਤ ਵਧੀਆ ਚੀਜ਼ ਹੈ ਕਿ ਕਰਕੇ ਕਿ ਇਹਦੇ ਵਿੱਚ ਏਜ ਲਿਮਿਟ ਨਹੀਂ ਹੈ ਬਾਕੀ ਸਾਰੇ ਵੀਜ਼ਾ ਦੇ ਵਿੱਚ ਏਜ ਲਿਮਿਟ ਹੈਗੀ ਹੈ ਹਾਂ ਜੀ ਮੋਸਟ ਜਿਹੜੇ ਪੀਆਰ ਵਾਲੇ ਵੀਜ਼ੇ ਹੁੰਦੇ ਉਹਨਾਂ ਦੀ ਏਜ ਲਿਮਿਟ ਹੁੰਦੀ ਹੈ ਪਰ ਵਿਜ਼ਟਰ ਵੀਜ਼ੇ ਤੇ ਲਿਮਿਟ ਹੋਈ ਤੇ ਵਿਜ਼ਟਰ ਵੀਜ਼ਾ ਵਾਲਾ ਬੰਦਾ ਕਿੰਨਾ ਲੰਬਾ ਸਟੇ ਕਰ ਸਕਦਾ ਅਪ ਟੂ 12 ਮੰਥ ਕਰ ਸਕਦਾ ਹੈ ਨੋਰਮਲ ਸਰਕਮਸਟੈਂਸਸ ਅੰਟਿਲ ਅਨਲੈਸ ਕੋਈ ਐਕਸੈਪਸ਼ਨਲ ਸਰਕਮਸਟੈਂਸਸ ਆ ਫਿਰ ਉਹ 12 ਮਹੀਨੇ ਤੋਂ ਜ਼ਿਆਦਾ ਵੀ ਕਰ ਸਕਦਾ ਵਾ ਜੀ ਪਰ ਮੋਸਟਲੀ ਕਹਿੰਦੇ 12 ਮਹੀਨੇ ਤੱਕ ਸਟੇ ਦਾ ਦਿੰਦੇ ਤੇ ਵਿਜ਼ਟਰ ਵੀਜ਼ਾ ਵਾਲਾ ਕਿਹੜਾ ਹੈਗਾ ਆ ਆਸਟ੍ਰੇਲੀਆ ਦੇ ਵਿੱਚ ਕਿੰਨੀ ਦੇਰ ਪਹਿਲਾਂ ਅਪਲਾਈ ਕਰ ਸਕਦਾ ਵੀਜ਼ਾ ਟਾਈਮ ਪੀਰੀਅਡ ਕੀ ਹੈਗਾ ਹਾਂ ਜੀ ਵੈਸੇ ਤੇ ਅਸੀਂ ਕਮੈਂਡ ਕਰਦੇ ਆ ਕਿ 8 ਟੂ 12 ਵੀਕ ਬਿਫੋਰ ਕਰੋ ਤੁਹਾਡਾ ਕੋਈ ਵੀ ਜਿਹੜੀ ਇਵੈਂਟ ਆ ਜਾਂ ਤੁਹਾਡਾ ਜੋ ਵੀ ਜਿਸ ਹਿਸਾਬ ਨਾਲ ਤੁਹਾਡਾ ਇਨਵੀਟੇਸ਼ਨ ਆਇਆ ਵਾ
ਵੀ ਜੇ ਕਿਸੇ ਬੱਚੇ ਦਾ ਬਰਥਡੇ ਆ ਜਾਂ ਫਿਰ ਮੈਰਿਜ ਐਨਵਰਸਰੀ ਆ ਉੱਤੋਂ 8 to 12 ਵੀਕ ਬਿਫੋਰ ਕਰੋ। ਪਰ ਅੱਜ ਕੱਲ੍ਹ ਵਿਜ਼ਟਰ ਵੀਜ਼ੇ ਵੈਰੀ ਕੁਇਕਲੀ ਫਾਈਨਲਾਈਜ਼ ਹੋ ਰਹੇ ਨੇ, 1 to 2 ਦਿਨਾਂ ਦੇ ਫਾਈਨਲਾਈਜ਼। ਅੱਛਾ, ਤੁਸੀਂ ਕਹਿੰਦੇ ਵੀ 1 week ਵਿੱਚ ਫਾਈਨਲਾਈਜ਼ ਹੋ ਰਿਹਾ, ਉਹਨਾਂ ਕੋਲ ਬੈਕਲੌਗ ਕੋਈ ਨਹੀਂ ਹੈਗਾ, ਸਾਰਾ ਜੋ ਵੀ ਬੈਕਲੌਗ ਪਿਆ ਸਭ ਕਲੀਅਰ ਹੋ ਗਿਆ। ਫਟਾਫਟ ਵਿਜ਼ਟਰ ਵੀਜ਼ੇ ਲਾਸਟ ਵੀਕ ਹੀ 4 visitor ਵੀਜ਼ੇ ਲਾਏ ਸੀਗੇ ਤੇ ਨੈਕਸਟ ਡੇ ਹੀ ਆ ਗਏ। ਓਕੇ, ਹਾਂਜੀ ਨੈਕਸਟ ਡੇ ਸਰ। ਮੀਨਸ ਕਹਿਣਾ ਮਤਲਬ ਹੈ ਕਿ ਇਮੀਗ੍ਰੇਸ਼ਨ ਵਾਲੇ ਹੁਣ ਜ਼ਿਆਦਾ ਇੰਨਾ ਤੰਗ ਨਹੀਂ ਕਰ ਰਹੇ ਆ ਟਾਈਮ ਪੀਰੀਅਡ। ਹਾਂ, ਫਾਈਨਲਾਈਜ਼ ਛੇਤੀ ਕਰ ਰਹੇ ਆ। ਅੱਗੇ ਰਿਫਿਊਜ਼ਲ ਤੇ ਆਪਾਂ ਨਹੀਂ ਕਹਿ ਸਕਦੇ ਵੀ ਨਹੀਂ ਹੋ ਰਹੀਆਂ, ਰਿਫਿਊਜ਼ਲ ਤੇ ਹੋ ਰਹੀਆਂ, ਪਰ ਫਾਈਨਲਾਈਜ਼ ਵਿਦ ਇਨ ਵੀਕ ਕਰ ਰਹੇ ਨੇ। ਓਕੇ, ਮੀਨਸ ਕਿਹੜਾ ਪਹਿਲਾਂ ਹੁੰਦਾ ਸੀ ਕਿੰਨੀ ਕਿੰਨੀ ਦੇਰ ਵੇਟ ਕਰਨੀ ਪੈਂਦੀ ਸੀ ਤੇ ਉਹ ਇਸ ਟਾਈਮ ਜਲਦੀ ਹੈ। ਤੇ ਵਧੀਆ ਹੈ ਅਗਰ ਤੁਸੀਂ ਕਿਸੇ ਆਪਣੇ ਫੈਮਿਲੀ ਮੈਂਬਰ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਸਾਡੇ ਸਪੈਸ਼ਲਿਸਟ ਕੋਲੋਂ ਤੁਸੀਂ ਸਲਾਹ ਲੈ ਸਕਦੇ ਹੋ। ਤੇ ਅਗਰ ਆਪਾਂ ਗੱਲ ਕਰਦੇ ਹੈਗੇ ਆ ਕਿ ਜਿਸੇ ਆਪਾਂ ਵਿਜ਼ਟਰ ਵੀਜ਼ਾ ਨੂੰ ਅਪਲਾਈ ਕਰਦੇ ਆ ਤਾਂ ਪੂਰੀ ਫੈਮਿਲੀ ਨੂੰ ਵੀ ਅਪਲਾਈ ਕਰ ਸਕਦੇ ਵੀ ਜੇ ਕੋਈ ਲਿਮਿਟ ਆ ਕੋਈ ਨੰਬਰਸ ਦੀ? ਹਾਂਜੀ, ਮਨੂੰ ਜੇ ਤੁਸੀਂ ਸਾਰੀ ਫੈਮਿਲੀ ਦਾ ਕਰਨਾ ਚਾਹੁੰਦੇ ਹੋ ਤੁਸੀਂ ਇੱਕੋ ਐਪਲੀਕੇਸ਼ਨ ਸਾਰੀ ਫੈਮਿਲੀ ਨੂੰ ਇਨਕਲੂਡ ਨਹੀਂ ਕਰ ਸਕਦੇ ਜੀ। ਵਿਜ਼ਟਰ ਵੀਜ਼ੇ ਦੀ ਸੈਪਰੇਟ ਸੈਪਰੇਟ ਫਾਈਨਲ ਲੱਗਣੀਆਂ ਵਾ, ਤੁਹਾਨੂੰ ਫੀਸ ਵੀ ਸੈਪਰੇਟ ਸੈਪਰੇਟ ਪੇ ਕਰਨੀ ਪੈਂਦੀ ਹੈ। ਅਗਰ 4 ਮੈਂਬਰ ਹੈ ਜੇ ਫੈਮਿਲੀ ਦੀ ਤੁਹਾਡੀ 4 ਐਪਲੀਕੇਸ਼ਨ ਲੱਗਣੀਆਂ, 4 ਟਾਈਮ ਤੁਹਾਡੀ ਫੀਸ ਲੱਗੇਗੀ। ਓਕੇ, ਤਾਂ ਵੀ ਇੱਕ ਬੰਦੇ ਵੀ ਇੱਕ ਫੀਸ ਆ ਤੇ 4 ਬੰਦੇ ਦੀ 4 ਵਾਰ। ਹਾਂਜੀ, ਐਪਲੀਕੇਸ਼ਨ ਵੀ ਸੈਪਰੇਟ ਸੈਪਰੇਟ। ਓਕੇ, ਤੇ ਇਹਦਾ ਕਿੰਨਾ ਲੰਬਾ ਪ੍ਰੋਸੈਸ ਹੈਗਾ? ਸਾਰਾ ਉਹ ਵੀ ਸੇਮ ਹੈ ਕਿਦਾਂ ਕਿ 2 ਦਿਨ ਦੇ ਵਿੱਚ ਸਾਰਾ ਦਾ ਆ ਜਾਏਗਾ ਜਾਂ ਕਿਸੇ ਦਾ ਪਹਿਲੋਂ ਆ ਗਿਆ? ਕਿਦਾਂ ਹੁੰਦਾ ਆ ਕੋਈ ਪੇਰੈਂਟਸ ਆ ਲਗਾਉਂਦੇ ਜੀ ਹਾਂਜੀ ਪਾਪਾ ਦਾ ਆ ਗਿਆ ਮੰਮੀ ਦਾ ਨਹੀਂ ਆਇਆ, ਵੇਟ ਕਰ ਲਓ 4 ਦਿਨ, ਉਹ ਜਾਂ ਫਾਈਲ ਕੱਟੀ ਲੱਗਦੀ ਤਾਂ ਉਹਦੇ ਵਿੱਚ ਕੋਈ ਪ੍ਰੋਸੈਸ ਟਾਈਮ ਹੈਗਾ? ਨਹੀਂ, ਟਾਈਮ ਵੇਰੀ ਵੀ ਹੋ ਸਕਦਾ ਜੀ, ਸੇਮ ਡੇ ਵੀ ਸੇਮ ਟਾਈਮ ਵੀ ਆ ਸਕਦਾ ਪਰ ਟਾਈਮ ਵੇਰੀ ਹੋ ਸਕਦਾ ਵਾ। ਓਕੇ, ਉਸ ਦਾ ਇੱਕ ਦਾ 2 ਦਿਨਾਂ 'ਚ ਆ ਜਾਏ, ਦੂਸਰੇ ਬੰਦੇ ਦਾ ਵੀਕ ਲੱਗ ਜਾਏ ਜਾਂ 2 ਵੀਕ ਲੱਗ। ਓਕੇ, ਤਾਂ ਟਾਈਮ ਵੀ ਅਲੱਗ ਅਲੱਗ ਆਉਣੀ ਕਹਿੰਦੇ ਹੈਗੇ ਫਾਈਲ ਪੈਂਦੀ ਹੈ ਤੇ ਅਲੱਗ ਅਲੱਗ ਟਾਈਮਿੰਗ ਵੀ ਅਲੱਗ ਅਲੱਗ ਹੋ ਸਕਦਾ ਹੈ ਕਰਦੇ ਹੋਏ। ਤੇ ਇਥੋਂ ਸਭ ਤੋਂ ਜ਼ਿਆਦਾ ਇੱਕ ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਬਾਕੀ ਸਟੂਡੈਂਟ ਵੀਜ਼ਾ ਵਗੈਰਾ ਤਾਂ ਪਤਾ ਆ, ਲੇਕਿਨ ਇਹਦੇ ਵਿੱਚ ਵਿਜ਼ਟਰ ਵੀਜ਼ਾ ਦੇ ਵਿੱਚ ਹੈਲਥ ਇੰਸ਼ੋਰੈਂਸ ਵੀ ਕੰਪਲਸਰੀ ਹੈ? ਨਹੀਂ, ਇਹ ਨਹੀਂ, ਕੋਈ ਜ਼ਰੂਰੀ ਨਹੀਂ ਗੀ, ਪਰ ਅਸੀਂ ਰეკਮੈਂਡ ਕਰਦੇ ਹਾਂ ਜੇ ਤੁਹਾਡੀ ਏਜ 50 ਤੋਂ ਉੱਪਰ ਆ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਓਕੇ, ਤੇ ਇਹਦੇ ਵਿੱਚ ਕੰਪਲਸਰੀ ਨਹੀਂ ਹੈ, ਲੇਕਿਨ ਇਹ ਹੈ ਕਿ ਤੁਸੀਂ ਲੈ ਕੇ ਚੱਲਦੇ ਹੋ ਤਾਂ ਸੇਫਟੀ ਦੇ ਨਾਲ ਬਹੁਤ ਵਧੀਆ ਕਰ ਸਕਦੇ ਆਪਾਂ। ਤੇ ਉਹੀ ਗੱਲ ਹੈ ਕਿ ਕੌਣ ਕੌਣ ਅਪਲਾਈ ਕਰ ਸਕਦਾ ਹੈ ਤੇ ਕਿਸ ਤਰੀਕੇ ਨਾਲ ਕਰ ਸਕਦਾ ਹੈ? ਹਾਂਜੀ, ਕੋਈ ਵੀ ਅਪਲਾਈ ਕਰ ਸਕਦਾ ਜੀ, ਇਹਨੂੰ ਤੁਸੀਂ ਆਨਲਾਈਨ ਅਪਲਾਈ ਕਰਨਾ ਵਾ ਆਪਣਾ ਈਮੀ ਅਕਾਊਂਟ ਬਣਾ ਕੇ, ਜੇ ਤੁਸੀਂ ਤੁਹਾਡਾ ਕੋਈ ਈਮੀ ਅਕਾਊਂਟ ਹੈਗਾ ਉਹਦੇ ਥਰੂ ਅਪਲਾਈ ਹੋਏਗਾ। ਜੇ ਤੁਸੀਂ ਸਾਨੂੰ ਚਾਹੁੰਦੇ ਜੇ ਜਾਂ ਤੁਸੀਂ ਆਪਣੇ ਮਾਈਗ੍ਰੇਸ਼ਨ ਏਜੰਟ ਨੂੰ ਕੰਟੈਕਟ ਕਰਨਾ ਚਾਹੁੰਦੇ ਜੇ ਉਹ ਵੀ ਤੁਹਾਡੇ ਬਿਹਾਫ ਤੇ ਅਪਲਾਈ ਕਰ ਸਕਦਾ। ਤੇ ਦੋਸਤੋ, ਅੱਜ ਆਪਾਂ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਕਾਹਦੇ ਵਾਸਤੇ ਰਿਫਿਊਜ਼ਲਸ ਹੋ ਰਹੇ ਆ, ਤੇ ਇਸ ਟੌਪਿਕ ਤੇ ਕਿੱਧਰ ਰਿਫਿਊਜ਼ਲਸ ਹੋ ਰਹੇ ਆ ਤੇ ਕਿੱਦਾਂ ਅਪਲਾਈ ਕਰ ਸਕਦਾ ਹੈ ਇਸ ਟੌਪਿਕ ਦੇ ਉੱਤੇ, ਮੈਨੂੰ ਤਾਂ ਬਹੁਤ ਮਜ਼ਾ ਆਇਆ ਗੱਲਬਾਤ ਕਰਕੇ। ਤੇ ਤੁਸੀਂ ਵੀ ਇਸ ਨੌਲੇਜ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਫੈਮਿਲੀ ਨਾਲ ਸ਼ੇਅਰ ਕਰ ਸਕਦੇ ਹੋ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਸਪੈਸ਼ਲਿਸਟ ਇੰਦਰ ਚੌਹਾਨ ਜੀ ਨੂੰ ਅਗਰ ਤੁਸੀਂ ਉਹਨਾਂ ਦੀ ਸਰਵਿਸਿਜ਼ ਚਾਹੁੰਦੇ ਹੋ। ਤੇ ਨਾਲ ਦੀ ਨਾਲ ਹੀ ਇਸ ਦਾ ਇਜਾਜ਼ਤ ਲੈਂਦੇ ਹਾਂ ਤੇ ਮਿਲਦੇ ਹਾਂ ਆਪਾਂ ਅਗਲੇ ਸਪਤਾਹ ਇਸੀ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਮਿਲਦੇ ਰਵਾਂਗੇ। ਤੇ ਪਲੀਜ਼ ਆਪਣੇ ਕਮੈਂਟਸ, ਆਪਣੇ ਸੁਝਾਅ ਤੇ ਕਿਸੇ ਚੀਜ਼ ਦੀ ਤੁਸੀਂ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਸਾਡੇ ਤੱਕ ਪਹੁੰਚਾਓ ਤੇ ਮੈਂ ਪਹੁੰਚਾਵਾਂਗਾ ਜਿੰਦਰ ਚੌਹਾਨ ਜੀ ਕੋਲ। ਇਸੇ ਨਾਲ ਲੈਂਦੇ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।